ਪੰਜਾਬ ਉੱਡ ਚੱਲੇ ਆ, ਪੰਜਾਬ ਇਹ ਹੋ ਗਿਆ, ਪੰਜਾਬ ਹੋ ਗਿਆ, ਪੰਜਾਬ ਜਿੱਥੇ ਸੀਗਾ ਉੱਥੇ ਹੀ ਹੈ। ਹਾਂ, ਉੱਥੋਂ ਪਿੱਛੇ ਜ਼ਰੂਰ ਆ ਗਿਆ। ਅਸੀਂ ਨਵੀਂ ਜਨਰੇਸ਼ਨ ਨੂੰ ਦੇਖਿਆ ਕਿ 70% ਜਿਹੜੇ ਆ ਡੁੱਬਦੇ ਜਾ ਰਹੇ ਆ, ਕੀ ਮੁੰਡੇ ਅਤੇ ਕੀ ਕੁੜੀਆਂ। ਯੰਗ ਜਨਰੇਸ਼ਨ ਸਾਰੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ, ਜਿਹਦੇ ਵਾਸਤੇ ਸਰਕਾਰ ਨੇ ਕੋਈ ਵੀ ਉਹ ਨਹੀਂ ਕਹਿੰਦੇ ਕਿ ਅਸੀਂ ਹਟੀਏ, ਕਿਉਂਕਿ ਸਾਰੀ ਗੇਮ ਚੱਲਦੀ ਹੈ ਪੋਲੀਟੀਕਲ ਲੀਡਰਾਂ ਤੋਂ, ਪੋਲੀਟੀਕਲ ਲੀਡਰਾਂ ਤੋਂ ਚੱਲਦੀ ਹੈ ਅਤੇ ਆ ਕੇ ਫਿਰ ਪਬਲਿਕ 'ਚ ਫੈਲਦੀ ਹੈ, ਚਾਹੇ ਉਹ ਚੰਗਾ ਕੰਮ ਹੋਏ ਮਾੜਾ ਹੋਏ। ਚੰਗਾ ਤਾਂ ਅਸੀਂ ਦੇਖੇ ਨਹੀਂ ਹੁੰਦੇ, ਮਾੜਾ ਹੀ ਹੁੰਦਾ ਦੇਖਿਆ ਜੀ। ਨਾ ਤਾਂ ਨਸ਼ਾ ਬੰਦ ਹੋਇਆ, ਨਾ ਗੁੰਡਾਗਰਦੀ ਬੰਦ ਹੋਈ ਆ, ਇਕੱਲੇ ਬਿੱਲ ਜ਼ਰੂਰ ਮਾਫ਼ ਕਰ ਦਿਓ, ਤਾਂ ਦੂਜੀਆਂ ਪਾਰਟੀਆਂ ਦਾ ਵੀ ਐਲਾਨ ਸੀਗਾ। ਕੀ ਕਹਿੰਦੀ ਹੈ ਪੰਜਾਬ ਦੀ ਜਨਤਾ? ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਲੋਕਾਂ ਦੀ, ਪੰਜਾਬ ਦੀ ਜਨਤਾ ਦੇ ਕੀ ਹੋਣਗੇ ਮੁੱਦੇ, ਕਿਹੜੇ ਮੁੱਦਿਆਂ ਦੇ ਆਧਾਰ 'ਤੇ ਇਸ ਵਾਰ ਉਮੀਦਵਾਰ ਨੂੰ ਪਾਉਣਗੇ ਵੋਟਾਂ? ਇਸ ਜਾਣਨ ਦੇ ਲਈ ਲਿਵਿੰਗ ਇੰਡੀਆ ਦੀ ਟੀਮ ਗਰਾਊਂਡ ਜ਼ੀਰੋ ਸੰਗਰੂਰ ਬੱਸ ਸਟੈਂਡ ਦੇ ਉੱਤੇ ਖੜ੍ਹੇ ਹਾਂ, ਜਿੱਥੇ ਜੋ ਆਮ ਜਨਤਾ ਉਹਨਾਂ ਦੇ ਨਾਲ ਗੱਲ ਕਰਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਪੰਜਾਬ ਦੀ ਜਨਤਾ ਦਾ ਕੀ ਮੂਡ ਆ। ਕੀ ਨਾਮ ਹੈ ਸਰ? ਹਾਂਜੀ ਵੀਰ ਜੀ। ਸਰ, ਕਿਸ ਤਰ੍ਹਾਂ ਵੇਖਦੇ ਹੋ ਇਸ ਵਾਰ, ਕਿਸ ਤਰ੍ਹਾਂ ਲੱਗ ਰਿਹਾ, ਕਿਹੜੇ ਮੁੱਦੇ ਦੇ ਆਧਾਰ 'ਤੇ ਵੋਟਾਂ ਪਾਈਆਂ ਜਾਣਗੀਆਂ? ਵੀਰ ਜੀ, ਮੁੱਦਾ ਤਾਂ ਸਭ ਤੋਂ ਵੱਡਾ ਤਾਂ ਬੇਰੁਜ਼ਗਾਰੀ ਦਾ ਹੀ ਹੈ। ਅਸੀਂ ਦੇਖਿਆ ਕਿ ਸਾਡੇ ਬੱਚੇ ਜਿਹੜੇ ਕਿ ਉਹ 10th 12th ਕਰਨ ਦੇ ਬਾਅਦ ਕੋਈ ਪ੍ਰੋਫੈਸ਼ਨਲ ਲਾਈਨ 'ਤੇ ਜਾਣ ਤੋਂ ਡਰਦੇ ਆ, ਕਹਿੰਦੇ ਆ 5 ਸਾਲ ਜਿਹੜੀ ਡਿਗਰੀ 'ਤੇ ਲਾਉਣੇ, 5 ਸਾਲ ਕਿਤੇ ਦੁਕਾਨ 'ਤੇ ਲਾ ਕੇ ਕਦੇ ਕੰਮ ਸਿੱਖ ਲਈਏ, ਤਾਂ ਉਹ ਸਾਡੇ ਵਾਸਤੇ ਬੈਟਰ ਰਹੇਗਾ ਸ਼ਾਇਦ। ਅਸੀਂ ਉਹ, ਕਿਉਂਕਿ ਸਰਕਾਰ ਪਿਛਲੇ ਕੇਂਦਰ ਸਰਕਾਰ 'ਤੇ ਹੀ ਮੁੱਦਾ ਜਾਂਦਾ ਹੈ, ਕਿਉਂਕਿ ਘਰ ਦਾ ਜਿਹੜਾ ਵੱਡਾ ਫਰਹਾਦ ਇਨਸਾਨ ਹੁੰਦਾ, ਪਿਓ ਹੁੰਦਾ ਜਿਹੜਾ, ਉਹਦੇ 'ਤੇ ਹੀ ਸਾਰੀ ਗੱਲ ਆ ਕੇ ਟਿਕਦੀ ਹੈ। ਉਹਦੇ ਬਾਕੀ ਜਿਹੜੇ ਉਹਦੇ ਮੁੰਡੇ ਹੁੰਦੇ 3, 4, 5 ਉਹਨਾਂ 'ਤੇ ਗੱਲ ਟਿਕੇਗੀ, ਕੇਂਦਰ ਸਰਕਾਰ 'ਤੇ ਆ ਕੇ ਗੱਲ ਟਿਕਦੀ ਹੈ ਕਿ ਉਹ ਸਟੇਟ ਨੂੰ ਕੀ ਦੇ ਰਿਹਾ ਅਤੇ ਸਟੇਟਾਂ ਅੱਗੇ ਆਪਣੇ ਲੋਕਾਂ ਨੂੰ ਕੀ ਦੇਣਗੀਆਂ। ਜੇਕਰ ਗੱਲ ਕੀਤੀ ਹੈ, ਪੰਜਾਬ ਹਮੇਸ਼ਾ ਉਲਟ ਚੱਲਿਆ, ਕੇਂਦਰ 'ਚ ਸਰਕਾਰ ਹੋਰ ਬਣਦੀ ਹੈ ਅਤੇ ਪੰਜਾਬ ਵਾਲੇ ਹੋਰ ਜਿਤਾ ਦਿੰਦੇ। ਭਾਅ ਜੀ, ਗੱਲ ਤਾਂ ਇਹ ਤਾਂ ਸਾਰੀਆਂ ਪੋਲੀਟੀਕਲ ਗੇਮਾਂ ਹੈਗੀਆਂ। ਪੰਜਾਬ ਉੱਡ ਚੱਲਿਆ, ਪੰਜਾਬ ਇਹ ਹੋ ਗਿਆ, ਪੰਜਾਬ ਹੋ ਗਿਆ, ਪੰਜਾਬ ਜਿੱਥੇ ਸੀਗਾ ਉੱਥੇ ਹੀ ਹੈ। ਹਾਂ, ਉੱਥੋਂ ਪਿੱਛੇ ਜ਼ਰੂਰ ਆ ਗਿਆ, ਨਸ਼ੇ ਪੱਤੇ ਬਹੁਤ ਫੈਲ ਗਏ ਹੈ। ਅਸੀਂ ਨਵੀਂ ਜਨਰੇਸ਼ਨ ਨੂੰ ਦੇਖਿਆ ਕਿ 70% ਜਿਹੜੇ ਆ ਡੁੱਬਦੇ ਜਾ ਰਹੇ ਆ, ਕੀ ਮੁੰਡੇ ਅਤੇ ਕੀ ਕੁੜੀਆਂ। ਯੰਗ ਜਨਰੇਸ਼ਨ ਸਾਰੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ, ਜਿਹਦੇ ਵਾਸਤੇ ਸਰਕਾਰ ਨੇ ਕੋਈ ਵੀ ਉਹ ਨਹੀਂ ਕਹਿੰਦੇ ਕਿ ਅਸੀਂ ਹਟੀਏ, ਕਿਉਂਕਿ ਸਾਰੀ ਗੇਮ ਚੱਲਦੀ ਹੈ ਪੋਲੀਟੀਕਲ ਲੀਡਰਾਂ ਤੋਂ, ਪੋਲੀਟੀਕਲ ਲੀਡਰਾਂ ਤੋਂ ਚੱਲਦੀ ਹੈ ਅਤੇ ਆ ਕੇ ਫਿਰ ਪਬਲਿਕ 'ਚ ਫੈਲਦੀ ਹੈ, ਚਾਹੇ ਉਹ ਚੰਗਾ ਕੰਮ ਹੋਏ ਮਾੜਾ ਹੋਏ। ਚੰਗਾ ਤਾਂ ਅਸੀਂ ਦੇਖੇ ਨਹੀਂ ਹੁੰਦੇ, ਮਾੜਾ ਹੀ ਹੁੰਦਾ ਦੇਖਿਆ ਜੀ। ਜੀ, ਕੀ ਨਾਮ ਹੈ ਸਰ? ਸੁਰਜੀਤ ਸਿੰਘ ਹੈ। ਸੁਰਜੀਤ, ਇਸ ਵਾਰ ਕੀ ਲੱਗਦਾ ਕਿ ਹੁਣ ਦੀ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਖੁਸ਼ ਹੋ, ਜਾਂ ਕੁਝ ਬਦਲਾਓ ਕਰਨਾ? ਖੁਸ਼ ਤਾਂ ਹੈ ਜੀ, ਨਾ ਤਾਂ ਨਸ਼ਾ ਬੰਦ ਹੋਇਆ, ਨਾ ਗੁੰਡਾਗਰਦੀ ਬੰਦ ਹੋਈ ਆ, ਇਕੱਲੇ ਬਿੱਲ ਜ਼ਰੂਰ ਮਾਫ਼ ਕਰ ਦਿਓ, ਤਾਂ ਦੂਜੀਆਂ ਪਾਰਟੀਆਂ ਦਾ ਵੀ ਐਲਾਨ ਸੀਗਾ, ਕੋਈ ਲੱਗ ਨਹੀਂ ਰਿਹਾ ਵੀ। ਕੀ ਨਾਮ? ਹਾਂਜੀ, ਜਗਸੀਰ ਸਿੰਘ। ਕੀ ਲੱਗਦਾ ਇਸ ਵਾਰ ਕੀ ਲੱਗਦਾ, ਕਿਹੜੇ ਮੁੱਦਿਆਂ ਦੇ ਆਧਾਰ 'ਤੇ ਵੋਟਾਂ ਪਾਉਂਗੇ? ਇਸ ਤਾਂ ਜੀ ਪਾਉਂਦੇ ਨਹੀਂ ਹੈਗੇ ਕਿਸੇ ਨੂੰ ਐਤਕੀ, ਸਰਕਾਰ ਦਾ ਬਹੁਤ ਬੁਰਾ ਹਾਲ ਹੋ ਰਿਹਾ ਐਤਕੀ ਦਾ ਜੀ, ਜਮਾ ਗਰਾਊਂਡ ਲੈਵਲ ਤੇ ਜਾ ਕੇ ਨਸ਼ਿਆਂ 'ਚ ਬਹਿ ਗਏ ਸਾਰੇ, ਨਸ਼ਿਆਂ 'ਚ ਪੈ ਗਏ ਬੜਾ ਜ਼ਿਆਦਾ ਜੀ, ਨਸ਼ਾ ਬੜਾ ਚੱਲ ਰਿਹਾ ਜੀ ਕੰਮਾਂ। ਬਾਕੀ ਆਹ ਮੇਰਾ ਭਾਈ ਇੱਕ ਗੱਲ ਕਰਦੇ ਗੱਲ, ਬਿਲਕੁਲ ਇਹਨਾਂ ਦਾ ਕਹਿਣਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ, ਨੌਜਵਾਨਾਂ ਨੂੰ। ਬਾਪੂ ਜੀ ਨਾਲ ਗੱਲ ਕਰ ਰਹੇ ਨੇ, ਕੀ ਨਾਮ ਹੈ ਜੀ? ਜਸਵਿੰਦਰ ਸਿੰਘ। ਜਸਵਿੰਦਰ ਜੀ, ਵੋਟਾਂ ਨੇੜੇ ਨੇ, ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ, ਇਸ ਵਾਰ ਕੀ ਲੱਗਦਾ ਕਿ ਪੰਜਾਬ ਸਰਕਾਰ ਨੇ ਕੁਝ ਕੀਤਾ ਜਾਂ ਫਿਰ ਬਦਲਾਓ ਕਰਨਾ ਚਾਹੀਦਾ? ਕੰਮ ਤਾਂ ਪੰਜਾਬ ਸਰਕਾਰ ਵਧੀਆ ਕਰ ਰਹੀ ਹੈ, ਹੁਣ 2 ਸਾਲ 'ਚ ਕਿੰਨਾ ਕੁਛ ਕਰਦੇ,
70 ਸਾਲ ਦਾ ਕੰਪੈਨ ਜੇ 2 ਸਾਲ ਨਾਲ ਨਾ ਕਰੋ ਨਾ, ਇਹਨਾਂ ਨੂੰ ਬਾਕਾਂ ਤੋਂ ਬਾਅਦ 5 ਸਾਲ ਦੇਖੋ ਇਹ ਤੋਂ ਵਧੀਆ ਕੰਮ ਕਿਹੜੀ ਸਰਕਾਰ ਨੇ ਕੀਤਾ 70 ਸਾਲ 'ਚ ਨਹੀਂ ਕੀਤਾ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਜੇ 70 ਸਾਲ ਦੇ ਵਿੱਚ ਜੋ ਦੇਸ਼ ਦੇ ਵਿੱਚ ਹੋਇਆ ਅਤੇ ਹੁਣ 2 ਸਾਲ ਦਾ ਸਮਾਂ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ, ਪਰ ਜੋ ਹੋਰ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਨੌਜਵਾਨ ਪੀੜ੍ਹੀ ਆ, ਲਗਾਤਾਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅਤੇ ਨਸ਼ੇ ਦੇ ਆਧਾਰ 'ਤੇ ਲਗਾਤਾਰ ਵੋਟਾਂ ਮੰਗੀਆਂ ਜਾਂਦੀਆਂ ਨੇ। ਕੀ ਨਾਮ ਵੀਰੇ? ਮੇਰਾ ਨਾਮ ਬਲਵਿੰਦਰ ਸਿੰਘ। ਬਲਵਿੰਦਰ, ਕਿਸ ਤਰ੍ਹਾਂ ਵੇਖਦੇ ਹੋ ਚੋਣਾਂ ਆਉਣ ਵਾਲੀਆਂ ਨੇ, ਕਿਹੜੇ ਮੁੱਦਿਆਂ ਦੇ ਆਧਾਰ 'ਤੇ ਕੀ ਇਸ ਵਾਰ ਚੇਂਜ ਹੋਊਗਾ ਕੁਛ? ਚੇਂਜ ਹੋਣ ਦਾ ਤਾਂ ਮੁਸ਼ਕਲ ਹੈ, ਅਤੇ ਮੇਨ ਮੁੱਦੇ ਵੀ ਨਸ਼ੇ ਹੈ ਅਤੇ ਜਿਹੜੀ ਆਪਣਾ ਬਲੈਕ ਕਾਰੋਬਾਰ ਹੈ, ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਨੇ। ਅਤੇ ਜੋ ਆਪਣੀ ਪੰਜਾਬ ਦੀ ਜਵਾਨੀ ਹੈ ਨਸ਼ਿਆਂ ਵੱਲ ਜਾ ਰਹੀ ਹੈ, ਕੋਈ ਕੁੜੀ ਇਕੱਲੀ ਜਾ ਰਹੀ ਹੈ, ਉਹ ਸੇਫ ਨਹੀਂ ਹੈ। ਇਹ ਚੀਜ਼ਾਂ 'ਤੇ ਗੌਰ ਕਰਨੀ ਚਾਹੀਦੀ ਹੈ। ਅਤੇ ਜਿਹੜੀ ਹੁਣ ਦੀ ਸਰਕਾਰ ਹੈ, ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਹੁਣ ਆਵੇ, ਠੀਕ ਹੈ? ਅਤੇ ਨਾ ਲੋਕਾਂ 'ਚ ਵੀ ਯਾਨੀ ਕਿ ਹੁੰਦੀ ਹੈ ਨਾ ਵੀ ਆਪਾਂ ਵੋਟਾਂ ਪਾਵਾਂਗੇ ਜਾਂ ਇਹਨੂੰ ਜਿਤਾਵਾਂਗੇ, ਨਹੀਂ ਜੀ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਲਗਾਤਾਰ ਜੇਕਰ ਨਸ਼ਿਆਂ ਦੀ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਵੱਧਦੇ ਹੋਏ ਦਿਖਾਈ ਦੇ ਰਹੇ ਨੇ। ਸੋ ਉਹਨੂੰ ਗਰਾਊਂਡ ਜ਼ੀਰੋ ਤੋਂ ਇਸ ਸਮੇਂ ਸੰਗਰੂਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਅਸੀਂ, ਜੋ ਮੂਡ ਆ ਲੋਕਾਂ ਦਾ ਮੂਡ ਆ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਸਕਰਨ ਸਿੰਘ। ਜਸਕਰਨ, ਲੋਕ ਸਭਾ ਚੋਣ ਆਉਣ ਵਾਲੀਆਂ ਨੇ ਅਤੇ ਕੀ ਇਸ ਵਾਰ ਕੀ ਲੱਗਦਾ ਪੰਜਾਬ ਦੇ ਵਿੱਚ ਕੀ ਕਿਹਦੀ ਸਰਕਾਰ ਆਉਂਦਾ? ਇਹ ਤਾਂ ਹਾਲੇ ਕੋਈ ਕੁਛ ਨਹੀਂ ਕਹਿ ਸਕਦਾ ਜੀ ਹਾਲ ਤਾਂ, ਪਰ ਜ਼ਿਆਦਾਤਰ ਜ਼ੋਰ ਤਾਂ ਆਮ ਆਦਮੀ ਪਾਰਟੀ 'ਤੇ ਲੱਗਦਾ ਜੀ। ਕੀ ਵਧੀਆ ਕੀ ਵਧੀਆ ਲੱਗਦਾ ਆਮ ਆਦਮੀ? ਆਮ ਆਦਮੀ ਪਾਰਟੀ ਨੇ ਕੰਮ ਵਧੀਆ ਕੀਤੇ ਨੇ ਜੀ, ਆਪਣੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਕੰਮ ਬਹੁਤ ਵਧੀਆ ਕੀਤੇ ਨੇ। ਮੈਂ ਪਟਿਆਲੇ ਤੋਂ ਹਾਂ ਜੀ, ਸਾਡੇ ਪਟਿਆਲੇ 'ਚ ਬਹੁਤ ਵਧੀਆ ਕੰਮ ਕੀਤੇ ਨੇ। ਮੇਰੀ ਆਪਣਾ ਇੱਕ ਮਿੰਟ ਮੈਂ ਗੱਲ ਭੁੱਲ ਗਿਆ ਸੀਗਾ, ਅਤੇ ਮਤਲਬ ਗੱਲ ਸੁਣੋ ਵੀ ਯਾਨੀ ਕਿ ਜਿਹੜੇ ਆ ਦੂਜੇ ਨਸ਼ੇ ਨੇ, ਸਿੰਥੈਟਿਕ ਨਸ਼ੇ ਨੇ ਨਾ, ਇਹ ਖਤਮ ਹੋਣੇ ਚਾਹੀਦੇ ਨੇ। ਅਤੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਲਾਗੂ ਕੀਤੀ ਜਾਵੇ, ਆਪਣਾ ਸੰਸਦ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀਗਾ, ਉੱਥੇ ਗੌਰ ਕੀਤੀ ਜਾਵੇ, ਹੈ ਪੰਜਾਬ ਦੀ ਜਵਾਨੀ ਤਾਂ ਬਚ ਸਕਦੀ ਹੈ ਜੀ। ਬਿਲਕੁਲ, ਜੇਕਰ ਗੱਲ ਕੀਤੀ ਜਾਵੇ ਤਾਂ ਹੈ ਵੀ ਮੁੱਦਾ ਇਸ ਵਾਰ ਵੀ ਲੱਗਦਾ ਕਿ ਪੰਜਾਬ ਲੋਕ ਸਭਾ ਚੋਣਾਂ ਦੇ ਵਿੱਚ ਜੋ ਨਸ਼ਿਆਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ ਇਸ ਵਾਰ ਭਾਰੀ ਰਹਿਣ ਵਾਲਾ, ਅਤੇ ਲਗਾਤਾਰ ਪਿਛਲੇ ਕਾਫੀ ਦੇਰ ਤੋਂ ਮੰਗ ਉੱਠ ਰਹੀ ਹੈ ਕਿ ਪੰਜਾਬ ਦੇ ਵਿੱਚ ਫੀਮ ਅਤੇ ਭੁੱਕੀ ਦੇ ਜੋ ਠੇਕੇ ਨੇ ਉਹ ਅਲਾਟ ਕੀਤੇ ਜਾਣ। ਗੱਲ ਵੀ ਕਰ ਲੈਣੇ ਵੀਰ ਖੜੇ ਨੇ ਤੇ, ਕੀ ਨਾਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ। ਹਰਜੀਤ, ਕਿਸ ਤਰ੍ਹਾਂ ਵੇਖਦੇ ਹੋ ਆਗਾਮੀ ਲੋਕ ਸਭਾ ਚੋਣਾਂ ਨਜ਼ਦੀਕ ਨੇ, ਇਸ ਵਾਰ ਕੀ ਲੱਗਦਾ? ਵੀਰੇ, ਨਸ਼ਿਆਂ ਦਾ ਇੱਕ ਤਾਂ ਠੱਲ ਪਾਉਣੀ ਚਾਹੀਦੀ ਆ ਨਸ਼ਿਆਂ ਨੂੰ ਸਰਕਾਰ ਨੂੰ, ਜਿਹੜੇ ਹੁਣ ਨਸ਼ੇ ਵੱਧਦੇ ਹੈਗੇ, ਚਿੱਟਾ ਹੁਣ ਲੋਕ ਸਰ ਮੁੰਡੇ ਪੀ ਪੀ ਕੇ ਜਵਾਨੀਆਂ ਬਰਬਾਦ ਕਰੀ ਜਾਂਦੇ ਆ, ਘਰਾਂ ਦੇ ਘਰ ਵੀਰੇ ਖਾਲੀ ਹੋਈ ਜਾਂਦੇ ਆ, ਹੈ ਨਾ? ਅਤੇ ਇੱਕ ਸਰਕਾਰ ਨੂੰ ਨੌਕਰੀਆਂ ਬਾਰੇ ਵੀ ਕਰਦੇ ਹੈਗੇ ਵੀ ਜਿਹੜੇ ਹੁਣ ਬੇਰੁਜ਼ਗਾਰ ਬੱਚੇ ਪੜ੍ਹ ਲਿਖ ਕੇ ਵਿਹਲੇ ਫਿਰਦੇ ਹੈਗੇ, ਉਹਨਾਂ ਵਾਸਤੇ ਨੌਕਰੀਆਂ ਵੀਰੇ ਲਾਗੂ ਕਰਨ ਜੀ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਆ 2 ਸਾਲ ਤੋਂ ਉੱਪਰ ਹੋ ਗਿਆ, ਕੀ ਲੱਗਦਾ ਕੁਛ ਵਧੀਆ ਕੀਤਾ? ਨਹੀਂ ਵੀਰੇ, ਇਹਨੇ ਕੁਛ ਨਹੀਂ ਕੀਤਾ ਯਾਰ। ਹੁਣ ਦੇਖੋ ਕਿੰਨੇ ਮੁੰਡਿਆਂ ਦੇ ਕਤਲ ਹੋਏ ਹੈਗੇ, ਨੌ ਸੰਦੀਪ ਵਰਗੇ, ਸਿੱਧੂ ਮੂਸੇ ਵਾਲੇ ਵਰਗੇ, ਹੋਰ ਮੁੰਡੇ ਕਿੰਨੇ ਮੁੰਡਿਆਂ ਦੇ ਕਤਲ ਹੁੰਦੇ ਹੋ ਗਏ, ਹੈ ਨਾ? ਬਿਲਕੁਲ, ਇਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਨਸ਼ਿਆਂ ਦਾ ਮੁੱਦਾ ਇਸ ਵਾਰ ਹਾਵੀ ਰਹਿਣ ਵਾਲਾ, ਨਸ਼ਿਆਂ ਦਾ ਮੁੱਦਾ
ਅਤੇ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਨਸ਼ੇ 'ਤੇ ਜੋ ਬੇਰੁਜ਼ਗਾਰੀ ਆ ਉਹ ਲਗਾਤਾਰ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ। ਬੇਸ਼ੱਕ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵਾਅਦਾ ਵੀ ਕੀਤਾ ਸੀ ਇਹਨਾਂ ਨੂੰ ਖਤਮ ਕਰਨ ਦਾ। ਕੀ ਨਾਮ ਹੈ ਸਰ? ਹਾਂਜੀ, ਕਿਆ ਨਾਮ? ਖੜ ਵੀ ਬੋਲਦਾ ਹੀ ਰੁਕ। ਕੀ ਨਾਮ ਗੱਲ ਕਰ ਲੈਂਦੇ? ਕੀ ਨਾਮ ਬੀਬੀ? ਕੀ ਗੱਲ ਵੀਰੇ? ਕੀ ਗੱਲ ਵੀਰੇ? ਨਹੀਂ ਨਹੀਂ ਵੀਰੇ, ਮੈਨੂੰ ਚੋਣਾਂ ਨਜ਼ਦੀਕ ਆ ਰਹੀਆਂ ਨੇ, ਇਸ ਵਾਰ ਪੰਜਾਬ ਦੀ ਜਨਤਾ ਦਾ ਕੀ ਮੂਡ ਆ? ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਜਾਊਗੀ? ਦੇਖੋ ਜੀ, ਵੋਟ ਪਾਈ ਜਾਊਗੀ ਮੁੱਦੇ ਇਹ ਨੇ ਵੀ ਸਾਡਾ ਸਰਕਾਰ ਦਾ ਕੋਈ, ਪਹਿਲੀ ਗੱਲ ਤਾਂ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਸਾਡਾ, ਮੁਲਾਜ਼ਮਾਂ ਦਾ ਸਰਕਾਰ ਵੱਲ ਬਹੁਤ ਵੱਡਾ ਰੋਸ ਹੈ। ਇੱਕ ਤਾਂ ਪੁਰਾਣੀ ਪੈਨਸ਼ਨ, ਇੱਕ ਮੁਲਾਜ਼ਮਾਂ ਦਾ DA ਦਾ ਏਰੀਅਲ, ਅਤੇ ਤਿੰਨ ਕਿਸ਼ਤਾਂ ਸਰਕਾਰ ਵੱਲ DA ਦੀਆਂ ਸਾਡੀਆਂ ਡਿਊ ਨੇ, ਇਸ ਕਰਕੇ ਮੁਲਾਜ਼ਮਾਂ ਦੇ ਵਿੱਚ ਸਰਕਾਰ ਖਿਲਾਫ਼ ਬਹੁਤ ਜ਼ਿਆਦਾ ਰੋਸ ਹੈ। 6.5 ਸਾਲ ਦਾ ਪੇ ਕਮਿਸ਼ਨ ਦੀ ਰਿਪੋਰਟ ਦਾ ਸਰਕਾਰ ਵੱਲ ਏਰੀਅਲ ਰਹਿੰਦਾ ਹੈ, ਜੋ ਕਿ ਬਜਟ ਦੇ ਵਿੱਚ ਇਹਨਾਂ ਨੇ ਬਿਲਕੁਲ ਨਹੀਂ ਰੱਖਿਆ ਹੈਗਾ। ਇਸ ਕਰਕੇ ਮੁਲਾਜ਼ਮਾਂ 'ਚ ਰੋਸ ਪਾਇਆ ਜਾਂਦਾ ਹੈ, ਇਸ ਸਰਕਾਰ ਦੇ ਖਿਲਾਫ਼ ਨਹੀਂ ਸਾਰੀ, ਤਾਂ ਕਿ ਅਸੀਂ ਉਹਨਾਂ ਨਾਲ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਮੁਲਾਜ਼ਮਾਂ ਦੀਆਂ ਮੰਗਾਂ ਸੀ ਉਹ ਸਰਕਾਰ ਨੇ 2 ਸਾਲ ਦੇ ਵਿੱਚ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਗਿਆ। ਅਤੇ ਸੁਰਿੰਦਰ ਸਿੰਘ ਸੋਢੀ, ਸੋਢੀ ਸਾਹਿਬ, ਲੋਕ ਸਭਾ ਚੋਣਾਂ ਆ ਰਹੀਆਂ ਨੇ, ਪੰਜਾਬ ਦੀ ਜਨਤਾ ਦਾ ਕੀ ਮੂਡ ਆ? ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਜਾਊ? ਜਨਤਾ ਦਾ ਮੂਡ ਤਾਂ ਇਹ ਆ ਜਨਾਬ, ਇੱਕ ਤਾਂ ਪਹਿਲਾਂ ਤੁਹਾਡਾ ਧੰਨਵਾਦ ਮਿਲ ਰਹੇ ਹੋ। ਜਨਤਾ ਦੇ ਕਹਿੰਦੀ ਵੀ ਜਿਹੜੇ ਵਾਅਦੇ ਕਰਕੇ ਆਏ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ, ਮੁਲਾਜ਼ਮਾਂ ਨਾਲ ਇਹਨਾਂ ਨੇ ਕੀਤਾ ਵੀ ਆਉਂਦੇ ਉਹ ਪੈਸੇ ਲਾਗੂ ਕਰ ਦਾਂਗੇ, ਸਾਰੇ ਬਕਾਏ ਦਾਂਗੇ, ਸਾਰੀਆਂ ਕਿਸ਼ਤਾਂ ਦੇਵਾਂਗੇ, ਹੈ ਜੀ। ਅਤੇ ਹੋਰ ਬਹੁਤ ਬਹੁਤ ਇਹਦੇ ਇਹੋ ਜਿਹੇ ਵਾਅਦੇ ਕੀਤੇ ਜਿਹੜੇ ਕੋਈ ਪੂਰਾ ਨਹੀਂ ਕੀਤਾ। ਬਿਲਕੁਲ, ਜੋ ਪੰਜਾਬ ਦੀ ਜਨਤਾ ਦਾ ਮੂਡ ਆ ਉਹ ਜਾਣਨ ਦੇ ਲਈ ਇੱਥੇ ਪਹੁੰਚਿਆ। ਸਰ ਰਾਜਕੁਮਾਰ ਅਰੋੜਾ ਜੀ, ਅਰੋੜਾ ਸਾਹਿਬ, ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਇਸ ਵਾਰ ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਜਾਊਗੀ? ਕੀ ਆ ਪੰਜਾਬ ਦੀ ਜਨਤਾ ਦਾ ਮੂਡ? ਪਹਿਲਾਂ ਤਾਂ ਹਰਜੀਤ ਸਿੰਘ ਸਿੱਧੂ ਜੀ, ਮੈਂ ਲਿਵਿੰਗ ਇੰਡੀਆ ਦਾ ਧੰਨਵਾਦ ਕਰਦਾ, ਜਿਹੜੇ ਕਿ ਇਹ ਦੇਖ ਰਹੇ ਨੇ, ਸਰਵੇਖਣ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਲੋਕ ਸਭਾ ਦੇ ਚੋਣਾਂ ਦੇ ਵਿੱਚ ਕੀ ਗੱਲਬਾਤ ਰਹਿਣੀ ਹੈ। ਗੱਲਬਾਤ ਤਾਂ ਹਜੇ ਤੱਕ ਸਿੱਧੂ ਸਾਹਿਬ ਚੋਣ ਸਮਝੌਤੇ ਹੋਏ ਨੀਗੇ, ਹਰੇ ਕੋਈ ਅਕਾਲੀ BJP ਦੇ ਸਮਝੌਤੇ ਦੀ ਗੱਲ ਨਹੀਂ ਹੋਈ, ਗੱਲਾਂ ਬਾਤਾਂ ਚੱਲ ਰਹੀਆਂ ਨੇ, ਇਕੱਲੇ ਇਕੱਲੇ ਲੜਨਗੇ, ਹਰੇ ਕੋਈ ਕੈਂਡੀਡੇਟ ਨਹੀਂ ਖੜਾ ਹੋਇਆ। ਪਰ ਜਿਹੜੇ ਹਾਲਾਤ ਨੇ ਸਾਡੇ ਸੰਗਰੂਰ ਦਾ, ਜਿਹੜਾ ਲੋਕਾਂ ਦਾ ਰੁੱਖ ਹੈ, ਉਹ ਹਮੇਸ਼ਾ ਅਸੀਂ ਕੈਂਡੀਡੇਟ ਬਦਲਦੇ ਹੁੰਦੇ ਹਾਂ, ਹਰ ਦਫ਼ਾ ਨਵੇਂ ਤੋਂ ਨਵਾਂ ਕੈਂਡੀਡੇਟ ਲਿਆਈਦਾ ਹੈ, ਇਸ ਕਰਕੇ ਪੁਰਾਣੇ ਨੂੰ ਅਸੀਂ ਨਹੀਂ ਜਿਤਾਉਂਦੇ ਹੈਗੇ ਜਲਦੀ ਜਲਦੀ। ਨਵਿਆਂ ਦੇ ਵਿੱਚ ਇਹ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਆਪ ਹੈ ਜਿਹਦੀ ਗੱਲ ਕਰੀਏ, ਇਹ ਪਿੱਟ ਚੁੱਕੀ ਹੈ। ਇਹ ਇਮਾਨਦਾਰੀ ਦਾ ਚੋਲਾ ਪਹਿਣ ਕੇ ਆਈ ਸੀ, ਬਦਲਾਓ ਦੀ ਨੀਤੀ ਲੈ ਕੇ ਆਏ ਸੀ, ਪਰੰਤੂ ਇਹਨਾਂ ਵੱਲੋਂ ਜੋ ਧੋਖੇਬਾਜ਼ੀ ਬੇਈਮਾਨੀ ਕੀਤੀ ਜਾ ਰਹੀ ਹੈ, ਖਾਸ ਕਰਕੇ ਮੈਂ ਮੁਲਾਜ਼ਮਾਂ ਦੀ, ਪੈਨਸ਼ਨਰਾਂ ਦੀ, ਸੀਨੀਅਰ ਸਿਟੀਜ਼ਨ ਦੀ, ਬੇਰੁਜ਼ਗਾਰਾਂ ਦੀ ਗੱਲ ਕਰਾਂ ਕਿ ਇਹ ਸਾਰੀ ਫੇਲ ਹੋਏ ਨੇ ਇਹਨਾਂ ਮੁੱਦਿਆਂ 'ਤੇ। ਇਸ ਕਰਕੇ ਇਹਦਾ ਸੋਚਣੇ ਨਾ ਕਿ ਇਹਨਾਂ ਦਾ ਬੰਦਾ ਕੋਈ ਇਲੈਕਸ਼ਨ ਇੱਥੇ ਲੜੂਗਾ ਅਤੇ ਜਿੱਤੂਗਾ ਤਾਂ ਲੋਕ ਵੋਟ ਪਾ ਦੇਣਗੇ, ਮੇਰੀ ਆਪਣੀ ਸਮਝ ਹੈ। ਜੋ ਇਹ ਹਲਕੇ ਦੇ ਵਿਕਾਸ ਦੀ ਗੱਲ ਕਰੂਗਾ ਜਾਂ ਜਿਹਨੇ ਕੀਤੇ ਨੇਗੇ ਜਾਂ ਇੱਥੇ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੂਗਾ, ਉਹਨੂੰ ਹੀ ਵੋਟ ਪਾਈ ਜਾਊਗੀ। ਮੈਨੂੰ ਲੱਗਦਾ ਪਾਰਟੀ ਨੂੰ ਨਹੀਂ, ਨਿੱਜੀ ਪੱਧਰ 'ਤੇ ਲੋਕ ਦੇਖਣਗੇ, ਜਿਵੇਂ ਵਿਜੇਂਦਰ ਸਿੰਗਲਾ ਹੈ, ਉਹਨੇ ਵੀ ਕੰਮ ਵੀ ਕੀਤੇ ਨੇ ਪਹਿਲਾਂ, ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ, ਵਿਕਾਸ ਦੇ ਕੰਮ ਕੀਤੇ ਨੇ, ਦੌਰਾਂ ਨੇ ਕੰਮ ਕੀਤੇ ਨੇ। ਬਾਕੀ ਤੁਹਾਡੇ ਸਾਹਮਣੇ ਕਈ ਆ ਰਹੇ ਨੇ ਅਕਾਲੀ ਦਲ ਵਾਲਿਆਂ ਦੇ ਨਾਂ ਸੁਣਿਆ ਜਾਂ ਹੋਰ ਸੁਣਿਆ, ਕੰਮ ਨੂੰ ਦੇਖਿਆ ਜਾਊਗਾ ਜੀ, ਕੰਮ ਨੂੰ ਦੇਖ ਕੇ ਵੋਟ ਪਾਈ ਜਾਊਗਾ। ਤਿਲਕ ਰਾਜ ਜੀ, ਲੋਕ ਸਭਾ ਚੋਣਾਂ ਆ ਰਹੀਆਂ ਨੇ, ਇਸ ਵਾਰ ਕਿਹੜੇ ਮੁੱਦੇ ਦੇ ਆਧਾਰ ਤੇ ਵੋਟ ਪਾਈ ਜਾਊਗੀ ਤੇ ਕੀ ਹੈ?
ਇੱਥੇ ਵਿਕਾਸ ਦੇ ਨਾਂ 'ਤੇ ਹੀ ਵੋਟ ਪਊਗੀ ਅਤੇ ਅਸੀਂ ਦੇਖਿਆ ਵੀ ਸੰਗਰੂਰ ਦੇ ਲੋਕਾਂ ਨੂੰ ਅਸੀਂ ਇਹੀ ਕਹਾਂਗੇ ਵੀ ਜਿਹੜਾ ਕੈਂਡੀਡੇਟ ਆ ਉਹ ਆਪਣਾ ਧਿਆਨ ਨਾਲ ਚੁਣ ਕੇ ਵਧੀਆ ਉਸ ਨੂੰ ਹੀ ਵੋਟ ਪਾਈ ਜਾਵੇ। ਸਾਨੂੰ ਉਮੀਦ ਸੀ ਵੀ ਅਕਾਲੀ ਬੀਜੇਪੀ ਦਾ ਸਮਝੌਤਾ ਹੋ ਜੂਗਾ ਪਰ ਉਹ ਨਾ ਹੋਣ ਕਰਕੇ ਲੋਕਾਂ ਦਾ ਮਨ ਜਿਹੜਾ ਹੈ ਟੁੱਟਿਆ ਇਹਦੇ ਨਾਲ ਉਹ ਅਤੇ ਸਾਨੂੰ ਐਂ ਸੀ ਵੀ ਵਧੀਆ ਕੈਂਡੀਡੇਟ ਹੈ ਵਿਜੇਂਦਰ ਸਿੰਗਲਾ ਜੀ ਦਾ ਪਤਾ ਲੱਗਿਆ ਸੀ ਵੀ ਉਹ ਕਿਤੇ ਬਾਹਰ ਚੱਲੇ ਨੇ ਅਤੇ ਉਹਦੇ ਬਾਅਦ ਸਾਨੂੰ ਇਹ ਸੀਗਾ ਵੀ ਪਰਮਿੰਦਰ ਜੀ ਖੜ੍ਹੇ ਹੋਣਗੇ ਅਤੇ ਉਹ ਕੈਂਡੀਡੇਟ ਵਧੀਆ ਸੀ ਸੰਗਰੂਰ ਵਾਸਤੇ ਪਰ ਹਾਲੇ ਤੱਕ ਕੁਛ ਸਥਿਤੀ ਜਿਹੜੀ ਹੈ ਕਲੀਅਰ ਨਹੀਂ ਹੈ ਜਦੋਂ ਹਾਲੇ ਟਾਈਮ ਅਰਲੀ ਹੈ ਕਿ ਆਪਾਂ ਕੁਛ ਕਹਿ ਸਕੀਏ। ਕੀ ਨਾਮ ਹੈ? ਹਰਵਿੰਦਰ ਸਿੰਘ। ਹਰਵਿੰਦਰ, ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਇਸ ਵਾਰ ਕਿਹੜੇ ਮੁੱਦਿਆਂ ਦੇ ਆਧਾਰ 'ਤੇ ਵੋਟ ਪਾਈ ਜਾਊਗੀ ਅਤੇ ਕੀ ਲੱਗ ਰਿਹਾ? ਜਿਹੜਾ ਕਿ ਦੇਖੋ ਜੀ, ਮੈਨੂੰ ਜਿਹੜਾ ਮੁੱਦਾ ਮੈਨੂੰ ਨਜ਼ਰ ਆ ਰਿਹਾ ਉਹ ਸਭ ਤੋਂ ਜ਼ਿਆਦਾ ਹੈਗਾ ਬੇਰੁਜ਼ਗਾਰੀ ਦਾ, ਜੋ ਕਿ ਯੂਥ ਜ਼ਿਆਦਾਤਰ ਬਾਹਰ ਨੂੰ ਜਾ ਰਿਹਾ ਹੈਗਾ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੂੰ ਥੋੜ੍ਹੇ ਬਹੁਤ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਪੰਜਾਬ ਦੇ ਵਿੱਚ ਥੋੜ੍ਹਾ ਬਹੁਤ ਸਕਿੱਲ ਡਿਵੈਲਪਮੈਂਟ ਲਈ ਥੋੜ੍ਹਾ ਬਹੁਤ ਸਕੀਮ ਸਰਕਾਰ ਨੂੰ ਲਾਉਣੀਆਂ ਚਾਹੀਦੀਆਂ ਨੇ ਵੀ ਥੋੜ੍ਹਾ ਬਹੁਤ, ਕਿਉਂਕਿ ਫ੍ਰੀ ਦੇ ਵਿੱਚ ਸਕਿੱਲ ਸਿਖਾ ਕੇ ਤਾਂ ਜੋ ਜਨਤਾ ਜਿਹੜੀ ਬਾਹਰ ਨੂੰ ਜਾ ਰਹੀ ਹੈ ਉਹ ਬਾਹਰ ਨੂੰ ਨਾ ਜਾਂਦੇ ਹੋਏ ਪੰਜਾਬ ਦੇ ਵਿੱਚ ਹੀ ਕੁਛ ਆਪਦਾ ਕੰਮ ਕਰ ਸਕਣ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਦੋ ਮੁੱਦੇ ਅਹਿਮ ਰਹਿਣ ਵਾਲੇ ਨੇ, ਬੇਰੁਜ਼ਗਾਰੀ ਅਤੇ ਨਸ਼ਾ। ਬੇਰੁਜ਼ਗਾਰੀ ਅਤੇ ਨਸ਼ਾ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਦੌਰਾਨ ਵਰਤਿਆ ਜਾਂਦਾ ਮੁੱਦਾ ਆਖਿਆ ਜਾਂਦਾ ਕਿ ਖਤਮ ਕੀਤੇ ਜਾਣਗੇ, ਪਰ ਇਸ ਵਾਰ ਵੀ ਲੋਕਾਂ ਦਾ ਕਹਿਣਾ ਕਿ ਇਸ ਵਾਰ ਵੀ ਇਹ ਮੁੱਦਾ ਹੈਵੀ ਰਹਿਣ ਵਾਲਾ ਲੋਕ ਸਭਾ ਚੋਣਾਂ ਦੇ ਵਿੱਚ। ਪਰ ਜੋ ਪੰਜਾਬ ਦੀ ਜਨਤਾ ਕੀ ਕਹਿੰਦੀ ਹੈ, ਪੰਜਾਬ ਦੀ ਜਨਤਾ, ਜੋ ਪ੍ਰੋਗਰਾਮ ਲਿਵਿੰਗ ਇੰਡੀਆ ਦੇ ਵੱਲੋਂ ਲਗਾਤਾਰ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ, ਉੱਥੇ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਗਵੰਤ ਸਿੰਘ। ਭਗਵੰਤ ਜੀ, ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਇਸ ਵਾਰ ਕੀ ਲੱਗਦਾ ਪੰਜਾਬ ਦੀ ਜਨਤਾ ਦਾ ਕੀ ਮੂਡ ਆ, ਕਿਹੜੇ ਮੁੱਦੇ ਹੋਣ? ਪੰਜਾਬ ਦੀ ਜਨਤਾ ਜੀ ਐਂ ਲੱਗਦਾ ਬਖਿੰਡੀ ਜੀ ਖੜੀ ਆ ਅਤੇ ਜਿੰਨਾ ਬੋਲਬਾਲਾ ਪਹਿਲਾਂ ਝਾੜੂ ਦਾ ਹੈਗਾ ਸੀ ਉਨਾ ਨਹੀਂ ਹੈਗਾ ਅਤੇ ਹੁਣ ਅਕਾਲੀ ਦਲ ਵੀ ਦੁਬਾਰੇ ਉੱਠਿਆ ਗੱਠਜੋੜ ਕਰਕੇ ਢੀਂਡਸਾ ਸਾਹਿਬ ਨਾਲ, ਬਾਕੀ ਦੇਖੋ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਪੰਜਾਬ ਦਾ ਜੋ ਨੌਜਵਾਨ ਆ, ਪੰਜਾਬ ਦਾ ਨੌਜਵਾਨ ਵਰਗ ਆ, ਲਗਾਤਾਰ ਇਹੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ, ਰੁਜ਼ਗਾਰ ਨੂੰ ਲੈ ਕੇ ਲਗਾਤਾਰ ਉਹ ਕਿਤੇ ਕੀ ਨਾਮ? ਰਵੀ ਹੈ ਜੀ, ਰਵੀ ਕੁਮਾਰ। ਰਵੀ, ਲੋਕ ਸਭਾ ਚੋਣਾਂ ਆ ਰਹੀਆਂ ਨੇ, ਕਿਹੜੇ ਮੁੱਦੇ ਹੋਣਗੇ, ਕਿਹੜੇ ਮੁੱਦਿਆਂ ਦੇ ਆਧਾਰ 'ਤੇ ਵੋਟਾਂ ਪਾਈਆਂ ਜਾਣ? ਵੋਟਾਂ ਦੇਖੋ ਜੀ, ਸਰਕਾਰ ਦਾ ਕਿਸੇ ਕੋਈ ਸੁਣਦੀ ਨਹੀਂ ਜੀ, ਵੋਟਾਂ ਪਾ ਕੇ ਫਾਇਦਾ ਕਿਸ ਨੂੰ ਕੀ ਹੈ ਜੀ? ਹਾਲ ਤੱਕ ਸਰਕਾਰ ਜਿਹੜੀ ਬਈ ਹੈ ਕਿਸ ਨੂੰ ਕੋਈ ਫਾਇਦਾ ਨਹੀਂ ਹੋਇਆ ਕਰ ਦਿੱਤਾ, ਕੀ ਕਰੀਏ ਵੋਟਾਂ ਪਾ ਕੇ ਇਹਨਾਂ ਨੂੰ? ਹੋਰ ਵੋਟ ਪਾ ਕੇ ਖੁਸ਼ ਨਹੀਂ ਜੀ ਕਿਸ ਨੂੰ? ਪਰਮਿੰਦਰ ਸਿੰਘ ਜੀ। ਪਰਮਿੰਦਰ, ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਕਿਹੜਾ ਮੁੱਦੇ ਹੋਣੇ ਨੇ ਇਸ ਵਾਰ, ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟਾਂ ਪਾਈ ਜਾਣਗੀਆਂ? ਮੁੱਦੇ ਤਾਂ ਵੀਰੇ ਦਲ ਵਦਲੂ ਕਰਕੇ ਨੇ, ਪਰ ਵੋਟਾਂ ਆਮ ਆਦਮੀ ਪਾਰਟੀ ਜਿੱਤੂਗੀ, ਸਰਕਾਰ ਪੱਕਾ ਹੋਊਗੀ ਵੀਰੇ, 13-0 ਦਾ ਹੋਊਗਾ ਕੰਮ ਤੁਹਾਡੇ ਸਾਹਮਣੇ ਆ। ਜਿਹੜੇ ਘਰ ਘਰ ਬਿਜਲੀ ਮਾਫ਼ ਕੀਤੀ ਆ ਜਾਂ ਨੌਕਰੀਆਂ ਮਿਲੀਆਂ ਨੇ, ਮੁਹੱਲਾ ਕਲੀਨਿਕ ਖੁੱਲ੍ਹੇ ਨੇ, ਜੇ ਲੋਕ ਜਾਗਦੇ ਹੋਣਗੇ ਜਾਂ ਜ਼ਮੀਨਾਂ ਜਾਗਦੇ ਹੋਣਗੇ ਤਾਂ ਦੇਖ ਲੈਣਗੇ। ਪਹਿਲਾਂ ਇੱਕ ਘਰਾਣੇ ਦੀਆਂ ਹੁੰਦੀਆਂ ਸੀ ਬਿਜਲੀ ਬੰਦ, ਹੁਣ ਲਾਭ ਵਾਢੇ ਸਾਰਿਆਂ ਤੋਂ, ਛੋਟੇ ਤੋਂ ਲੈ ਕੇ ਵੱਡੇ ਤੱਕ ਆ, ਹਰ ਇੱਕ ਘਰ ਨੂੰ ਪ੍ਰੋਫਿਟ ਹੋ ਰਿਹਾ, ਹਰ ਇੱਕ ਚੀਜ਼ ਹਰ ਇੱਕ ਬੰਦੇ ਨੂੰ ਇਹਦਾ ਬੈਨੀਫਿਟ ਮਿਲ ਰਿਹਾ, ਗਰੀਬ ਨੂੰ ਵੀ ਮਿਲ ਰਿਹਾ, ਅਮੀਰ ਨੂੰ ਵੀ ਮਿਲ ਰਿਹਾ। ਚੜ੍ਹੇ ਮਹੀਨੇ ਹਰ ਇੱਕ ਬੰਦੇ ਨੂੰ 1000 ਰੁਪਇਆ ਇੱਕ ਤਰ੍ਹਾਂ ਦਾ ਉਹ ਖਾਤੇ 'ਚ ਬਚ ਰਿਹਾ ਬਿਜਲੀ ਦਾ ਬਿੱਲ, ਜੇ ਲੋਕ ਸਮਝਣਗੇ। ਪਹਿਲੀਆਂ ਸਰਕਾਰਾਂ ਨੂੰ ਸਰਕਾਰ ਵਧੀਆ ਗਈ ਬਾਈ, ਬਾਕੀ ਦਾ 75 ਸਾਲ ਦਾ ਮਸਲਾ
ਇੰਨੀ ਜਲਦੀ ਠੀਕ ਨਹੀਂ ਹੁੰਦਾ, ਪਰ ਕਰਨਗੇ ਠੀਕ। ਬਿਲਕੁਲ, ਨੌਜਵਾਨ ਵੀ ਇੱਥੇ ਮੌਜੂਦ ਨੇ। ਕੀ ਨਾਮ? ਅਮਨਦੀਪ ਸਿੰਘ ਜੀ। ਅਮਨ, ਲੋਕ ਸਭਾ ਚੋਣਾਂ ਆ ਰਹੀਆਂ ਨੇ, ਕਿਹੜੇ ਮੁੱਦੇ ਦੇ ਆਧਾਰ ਤੇ ਇਸ ਵਾਰ ਵੋਟ ਪਾਈ ਜਾਓ, ਕੀ ਲੱਗ ਰਿਹਾ ਪੰਜਾਬ? ਆਪਾਂ ਤਾਂ ਜੀ ਆਪਾਂ ਤਾਂ ਕਾਂਗਰਸ ਕਹਿਣੀ ਆ ਜੀ। ਦੇਖੋ ਜਿਹੜੇ ਹੈ ਨਾ, ਕੋਈ ਵੀ ਉਹ ਹੋਗਾ, ਆਪਾਂ ਬਸ ਇੰਨਾ ਕੁ ਪਤਾ ਵੀ ਹਾਂ ਕਾਂਗਰਸ ਠੀਕ ਆ ਗਈ ਹੈ ਨਾ। ਆਮ ਆਦਮੀ ਪਾਰਟੀ ਨੇ ਕਹਿੰਦੇ ਕੰਮ ਬੜੇ ਕਾਨੂੰਨ ਕੀਤਾ ਜੀ, ਸਾਰੇ ਮੈਂ ਦੀ ਉਹ ਕਰਦੇ ਨੇ ਜੀ। ਇਹਦਾ ਤੁਹਾਨੂੰ ਪਤਾ ਜੀ, ਖਾਣ ਪੀਣ ਵਾਲੇ ਨੇ ਹੈ ਨਾ, ਸਾਰੇ ਪੋਲੀਟਿਕਸਾਂ ਰਲੀਆਂ ਹੋਈਆਂ ਨੇ ਵਿੱਚ ਜੀ। ਜੀ ਬਿਲਕੁਲ, ਜੇਕਰ ਗੱਲ ਕੀਤੀ ਜਾਵੇ ਲਿਵਿੰਗ ਇੰਡੀਆ ਦੇ ਵੱਲੋਂ ਖਾਸ ਪ੍ਰੋਗਰਾਮ, ਕੀ ਕਹਿੰਦੀ ਹੈ ਪੰਜਾਬ ਦੀ ਜਨਤਾ ਦੇ ਜ਼ਰੀਏ ਤੁਹਾਨੂੰ ਪੰਜਾਬ ਦੀ ਜਨਤਾ ਦੇ ਨਾਲ ਰੂਬਰੂ ਕਰਾਇਆ ਜਾਂਦਾ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀ ਆ ਪੰਜਾਬ ਦੀ ਜਨਤਾ ਦਾ ਮੂਡ ਤੁਹਾਨੂੰ ਦਿਖਾਇਆ ਗਿਆ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ, ਲਿਵਿੰਗ ਇੰਡੀਆ ਸੰਗਰੂਰ।